ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਐਡੀਮੋਸਟ ਚੈਨਲ ਉੱਤੇ ਆਪ ਸਭ ਦਾ ਸਵਾਗਤ ਹੈ। ਅੱਜ ਗੱਲ ਕਰ ਲੈਂਦੇ ਹਾਂ ਨਾਇਬ ਤਹਿਸੀਲਦਾਰ ਦੀਆਂ ਜਿਹੜੀਆਂ ਪੋਸਟਾਂ ਨਿਕਲੀਆਂ ਨੇ ਰੈਵਨਿਊ ਐਂਡ ਰੀਹੈਬਲੀਸ਼ਨ ਗਵਰਨਮੈਂਟ ਆਫ ਪੰਜਾਬ ਦੇ ਵਿੱਚ ਉਹਦੀਆਂ, ਜੇ ਤੁਸੀਂ ਉਹਦੇ ਬਾਰੇ ਕੁਛ ਵੀ ਯਾਨੀ ਕਿ ਫੋਰਮ ਫਿਲ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਡਿਟੇਲਸ ਲੈਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਨੋਟੀਫਿਕੇਸ਼ਨ ਪੜ੍ਹਨਾ ਚਾਹੁੰਦੇ ਹੋ ਤਾਂ ਐਡਵਰਟਾਈਜ਼ਮੈਂਟ ਨੰਬਰ 15 ਹੈ ਇਹਦੀ ਵੈਬਸਾਈਟ ਹੈਗੀ ਹੈ ਜੀ, ਦਿੱਤੀ ਹੋਈ ਹੈ ppsc.gov.in। ਇਹਦੇ ਉੱਤੇ ਜਾ ਕੇ ਤੁਸੀਂ ਆਪਣਾ ਫੋਰਮ ਫਿਲ ਕਰ ਸਕਦੇ ਹੋ। ਸੈਕਿੰਡਲੀ ਇਹਦੀਆਂ ਪੋਸਟਾਂ ਕਿੰਨੀਆਂ ਆਈਆਂ ਨੇ ਇਹ ਬੱਚਿਆਂ ਦਾ ਸਵਾਲ ਹੁੰਦਾ ਹੈ। ਤਾਂ ਟੋਟਲ 78 ਪੋਸਟ ਨੇ, ਪੋਸਟਾਂ ਇੱਦਾਂ ਵੀ ਨਹੀਂ ਕਹਿ ਸਕਦੇ ਕਿ ਘੱਟ ਨੇ ਔਰ ਜ਼ਿਆਦਾ ਨੇ, ਬਟ ਯੈਸ ਯੂ ਹੈਵ ਟੂ ਫਾਈਟ ਫੋਰ ਯੂਅਰ ਸੀਟ ਫੋਰ ਯੂਅਰ ਲੱਕ, ਹੈ ਨਾ। ਸੋ ਇਹ ਪੋਸਟਾਂ ਨੇ। ਸੈਕਿੰਡਲੀ ਤੁਸੀਂ ਅਗਰ ਐਲੀਜੀਬਲ ਹੋ ਤਾਂ ਤੁਸੀਂ ਇਹਨੂੰ ਜ਼ਰੂਰ ਫਿਲ ਕਰ ਸਕਦੇ ਹੋ। ਅਤੇ ਇਹਦੀ ਆਪਾਂ ਕੈਟੇਗਰੀ ਦੀ ਗੱਲ ਕਰ ਦਿੰਦੇ ਹਾਂ, ਰਿਜ਼ਰਵੇਸ਼ਨ ਕਿਹੜੀਆਂ ਕਿੰਨੀਆਂ ਪੋਸਟਾਂ ਦੀਆਂ, ਕਿਹੜੀ ਕਾਸਟ ਨੂੰ ਕਿੰਨੀ ਰਿਜ਼ਰਵੇਸ਼ਨ, ਕੈਟੇਗਰੀ ਨੂੰ ਕਿੰਨੀ ਰਿਜ਼ਰਵੇਸ਼ਨ ਦਿੱਤੀ ਹੋਈ ਹੈ। ਜਿਵੇਂ ਕਿ ਇੱਥੇ ਦੇਖ ਲੈਂਦੇ ਹਾਂ ਜਰਨਲ ਦੀਆਂ, ਇੱਥੇ ਆ ਤੁਸੀਂ ਦੇਖ ਲਓ ਜਰਨਲ ਦੀ ਇੱਥੇ 27 ਪੋਸਟ ਨੇ ਟੋਟਲ, ਅਤੇ ਇਹਦੇ ਲਈ ਵੂਮੈਨਸ ਦੇ ਲਈ ਰਿਜ਼ਰਵ ਨੇ 8। ਸੋ ਹਰ ਇੱਕ ਦੇ ਵਿੱਚ ਇਹਨਾਂ ਨੇ ਵੂਮੈਨਸ ਦੀ ਜੋ 33% ਜਿਹੜੀ ਕੈਟੇਗਰੀ ਰਿਜ਼ਰਵੇਸ਼ਨ ਹੁੰਦੀ ਹੈ ਉਹਦੇ ਲਈ ਧਿਆਨ ਰੱਖਿਆ ਗਿਆ ਅਤੇ ਰਿਜ਼ਰਵ ਕੀਤੀਆਂ ਗਈਆਂ। ਜਿਵੇਂ ਕਿ ਬੈਕਵਰਡ ਦੇ ਵਿੱਚ, ਹੈ ਨਾ, 9 ਨੇ ਟੋਟਲ ਸੀਟਸ ਔਰ ਉਹਦੇ ਵਿੱਚੋਂ ਦੀ ਵੂਮੈਨਸ ਦੇ ਲਈ 3 ਰਿਜ਼ਰਵ ਨੇ, ਠੀਕ ਹੈ। ਸੋ ਇਸ ਤਰ੍ਹਾਂ ਦੀ ਕੁਛ ਕੈਟੇਗਰੀ ਡਿਵੀਜ਼ਨ ਕੀਤੀ ਗਈ ਹੈ ਸਾਰਿਆਂ ਦੇ ਲਈ, ਫਰੀਡਮ ਫਾਈਟਰਸ ਦੇ ਲਈ ਜਾਂ ਸਪੋਰਟਸ ਦੇ ਲਈ ਕਿੱਦਾਂ ਗੱਲ ਕੀਤੀ ਗਈ ਹੈ। ਇਹਦੇ ਵਿੱਚ ਆ ਜਿਹੜੀਆਂ ਨੇ ਆ ਵੂਮੈਨਸ ਦੇ ਰਿਜ਼ਰਵੇਸ਼ਨ ਲਈ ਜਿਹੜੀਆਂ ਸੀਟਾਂ ਨੇ ਉਹਦੇ ਲਈ ਅਲੋਟ ਕੀਤੀ ਗਈ ਹੈ, ਐਂਡ ਜਿਹੜੀਆਂ ਆਪਣੀਆਂ ਨੰਬਰ ਆਫ ਪੋਸਟ ਨੇ ਟੋਟਲ ਉਹ ਇੰਨੀਆਂ ਨੇ, ਠੀਕ ਹੈ। ਸੈਕਿੰਡਲੀ ਆਪਾਂ ਜਿਹੜੀ ਅਗਲੀ ਨੈਕਸਟ ਗੱਲ ਆਪਣੀ ਉਹਦੇ ਬਾਰੇ ਗੱਲ ਕਰ ਲੈਂਦੇ ਹਾਂ, ਪੇ ਸਕੇਲ ਕਿੰਨਾ ਰਹੇਗਾ। ਜੋ ਪੇ ਸਕੇਲ ਰਹੇਗਾ ਉਹ 35,400 ਜਿਹੜਾ ਇਨੀਸ਼ੀਅਲ ਪੇ ਰਹੇਗਾ ਬੱਚਿਆਂ ਦੇ ਲਈ। ਅਤੇ ਤੁਸੀਂ ਇਹਦੇ ਲਈ ਕੁਆਲੀਫਿਕੇਸ਼ਨ ਕੀ ਹੈ ਤੁਹਾਡੀ, ਕਿ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ, ਠੀਕ ਹੈ, ਕਿਸੇ ਵੀ ਯੂਨੀਵਰਸਿਟੀ ਵਿੱਚੋਂ, ਅਤੇ ਇਹਦਾ ਜਿਹੜਾ ਪੰਜਾਬੀ ਹੋਣਾ ਜਿਹੜਾ ਹੈ ਉਹ ਮਸਟ ਹੈਗਾ। ਨੈਕਸਟ ਏਜ ਦੀ ਗੱਲ ਕਰਦੇ ਹਾਂ, ਏਜ ਉਹੀ ਤੁਹਾਡੀ 18 to 37 ਈਅਰਸ ਏਜ ਹੋ ਸਕਦੀ ਹੈ, ਠੀਕ ਹੈ। ਅਤੇ ਤੁਸੀਂ ਇਹਦੇ ਲਈ ਜਿਹੜੇ ਆਪਣੇ ਐੱਸ ਸੀ ਔਰ ਬੀ ਸੀ ਜਿਹੜੇ ਕੈਂਡੀਡੇਟ ਹੁੰਦੇ ਨੇ ਉਹਨਾਂ ਦੇ ਲਈ ਰਿਲੈਕਸੇਸ਼ਨ ਵੀ ਦਿੱਤੀ ਗਈ ਹੈ 42 ਈਅਰਸ ਦੀ, ਠੀਕ ਹੈ ਨਾ। ਉਹਨਾਂ ਦੇ ਲਈ ਰਿਲੈਕਸੇਸ਼ਨ ਹੈ 42 ਈਅਰਸ ਤੱਕ ਦੇ ਲਈ। ਫਿਰ ਉਸ ਤੋਂ ਬਾਅਦ ਨੈਕਸਟ ਜੋ ਇਹ ਸਾਰੇ ਰੂਲ ਤੁਸੀਂ ਜਿਹੜਾ ਨੋਟੀਫਿਕੇਸ਼ਨ ਉੱਥੇ ਜਾ ਕੇ ਪੜ੍ਹ ਸਕਦੇ ਹੋ। ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਨੂੰ ਇਹਦਾ ਲਿੰਕ ਦੇ ਦਵਾਂ ਤਾਂ ਮੈਂ ਸ਼ੇਅਰ ਕਰ ਦੂੰਗੀ, ਠੀਕ ਹੈ, ਡਿਸਕ੍ਰਿਪਸ਼ਨ ਦੇ ਵਿੱਚ। ਨੈਕਸਟ ਗੱਲ ਕਰਦੇ ਹਾਂ ਕਿ ਜਿਹੜਾ ਇਹਦੀ ਮਾਰਕਿੰਗ ਸਿਸਟਮ ਜਿਹੜਾ ਉਹ ਕਿੱਦਾਂ ਦਾ ਰਹੇਗਾ। ਮਾਰਕਿੰਗ ਸਿਸਟਮ ਦੋਸਤੋ ਇੱਦਾਂ ਦਾ ਰਹੇਗਾ ਕਿ ਤੁਹਾਨੂੰ ਟੋਟਲ 120 ਕੁਸ਼ਚਨ ਦਿੱਤੇ ਜਾ ਰਹੇ ਨੇ, ਠੀਕ ਹੈ। 120 ਕੁਸ਼ਚਨ ਨੇ ਅਤੇ ਇੱਕ ਕੁਸ਼ਚਨ 2.5 ਮਾਰਕਸ ਦਾ ਹੋਏਗਾ, ਯਾਨੀ ਕਿ ਟੋਟਲ 300 ਮਾਰਕਸ ਦਾ ਇਗਜ਼ਾਮ ਹੋਏਗਾ। ਅਤੇ ਤੁਹਾਨੂੰ ਜਿਹੜੇ ਟੋਟਲ ਘੰਟੇ ਮਿਲਣਗੇ 2 ਘੰਟੇ ਦੇ ਵਿੱਚ, ਠੀਕ ਹੈ, 2 ਘੰਟਿਆਂ ਦੇ ਵਿੱਚ ਤੁਸੀਂ ਇਹ ਪੇਪਰ ਖਤਮ ਕਰਨਾ ਹੈ, ਜੋ ਕਿ ਸਫੀਸ਼ੀਐਂਟ ਹੈ। ਯਾਨੀ ਕਿ ਇੱਕ ਕੁਸ਼ਚਨ ਨੂੰ ਇੱਕ ਮਿਨਟ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਹੈ। ਐਂਡ ਨੈਕਸਟ ਜਿਹੜਾ ਹੈ ਕਿ ਤੁਸੀਂ ਕਿੱਦਾਂ ਅਟੈਂਪਟ ਕਰਨਾ, ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ 120 ਕੁਸ਼ਚਨ ਨੇ, ਉਹਦੇ 'ਚੋਂ ਜਿਹੜਾ ਆ ਆਪਣੇ ਰੀਜ਼ਨਿੰਗ ਦੇ 40 ਮਾਰਕਸ ਨੇ, ਅਤੇ ਮੈਂਟਲ ਅਬਿਲਿਟੀ ਜਿਹੜੇ ਜਿਹਦੇ ਵਿੱਚ ਕੁਐਂਟ ਜਿਹੜਾ ਥੋੜ੍ਹਾ ਜਿਹਾ ਮੈਥ ਦਾ ਪੋਰਸ਼ਨ ਹੁੰਦਾ ਉਹ ਵੀ ਆਏਗਾ, ਰੀਜ਼ਨਿੰਗ ਵੀ ਆਏਗੀ, ਅਤੇ 80 ਮਾਰਕਸ ਦੀ ਤੁਹਾਡੀ ਜਰਨਲ ਨੌਲੇਜ ਆਏਗੀ, ਜਿਵੇਂ ਕਿ ਕਰੰਟ ਅਫੇਅਰਸ ਪੰਜਾਬ ਦੀਆਂ, ਨੈਸ਼ਨਲ ਇੰਟਰਨੈਸ਼ਨਲ ਕਰੰਟ ਅਫੇਅਰਸ ਹੋ ਗਈਆਂ ਨੌਲੇਜ ਦੇ ਵਿੱਚ, ਜਿਵੇਂ ਕਿ ਪੋਲੀਟੀਕਲ ਹੋ ਗਈ, ਪੋਲੀਟੀ ਹੋ ਗਈ, ਸਾਇੰਸ ਹੋ ਗਈ, ਇਕਨੋਮਿਕਸ ਹੋ ਗਈ, ਜਿਹੜੀ ਵੀ ਹਿਸਟਰੀ ਜੋਗ੍ਰਾਫੀ, ਇਹ ਸਾਰਾ ਕੁਝ ਜੋ ਹੁੰਦਾ ਹੈ ਉਹ ਜਰਨਲ ਦੇ ਵਿੱਚ ਤੁਹਾਡਾ ਆ ਜਾਏਗਾ। ਅਤੇ ਇਹਦੇ ਵਿੱਚ ਮੇਨ ਗੱਲ ਇਹ ਹੈ ਕਿ ਇੰਟਰਵਿਊ ਨਹੀਂ ਹੋਏਗਾ, ਯਾਨੀ ਕਿ ਤੁਹਾਡੀ ਸਾਰੀ ਮਿਹਨਤ ਦੇ ਉੱਤੇ ਹੀ ਡਿਪੈਂਡ ਕਰਦਾ ਹੈ ਕਿ ਤੁਸੀਂ ਇਸ ਪੇਪਰ ਨੂੰ ਕਲੀਅਰ ਕਰ ਸਕਦੇ ਹੋ ਜਾਂ ਨਹੀਂ। ਸੋ ਇੰਟਰਵਿਊ ਇਸ ਵਿੱਚ ਨਹੀਂ ਹੈ। ਨੈਕਸਟ ਆਪਾਂ ਗੱਲ ਕਰ ਦਿੰਦੇ ਹਾਂ ਕਿ ਜੋ ਬਹੁਤ ਹੀ ਇੰਪੋਰਟੈਂਟ ਗੱਲ ਹੈ ਕਿ ਤੁਸੀਂ ਧਿਆਨ ਰੱਖਣਾ ਨੋਨ ਨੈਗੇਟਿਵ ਮਾਰਕਿੰਗ। ਨੈਗੇਟਿਵ ਮਾਰਕਿੰਗ ਨਹੀਂ ਹੈ, ਤੁਸੀਂ ਸਾਰੇ ਕੁਸ਼ਚਨ ਅਟੈਂਪਟ ਕਰ ਸਕਦੇ ਹੋ, ਜਿਹੜੇ ਸਮਾਰਟ ਤੁੱਕੇ ਹੁੰਦੇ ਨੇ ਉਹ ਲਾ ਸਕਦੇ ਹੋ। ਨੈਕਸਟ ਗੱਲ ਕਰ ਲੈਂਦੇ ਹਾਂ ਕਿ ਉਹੀ ਜਦੋਂ ਤੁਸੀਂ ਇਹ ਤਾਂ ਸਾਰਾ ਕੁਝ ਉਹ ਦਿੱਤਾ ਹੋਇਆ ਹੈ ਕਿ ਜਦੋਂ ਤੁਸੀਂ ਸਿਲੈਕਟ ਹੋ ਜਾਂਦੇ ਹੋ ਤਾਂ ਕੀ ਪ੍ਰੋਸੀਜਰ ਰਹੇਗਾ। ਸੋ ਸਿਲੈਕਟ ਹੋਣ ਦਾ ਤਾਂ ਪਹਿਲਾਂ ਆਪਾਂ ਮਿਹਨਤ ਕਰਨੀ ਆ, ਉਸ ਤੋਂ ਬਾਅਦ ਹੀ ਇਹ ਸਾਰਾ ਕੁਝ ਜਿਹੜਾ ਸਕਰੂਟਨੀ ਦੇ ਵੇਲੇ ਆਪਾਂ ਜਿਹੜੀ ਚੀਜ਼ਾਂ ਲੈ ਕੇ ਜਾਣੀਆਂ ਨੇ ਆਪਣੀ 8-1 ਦੇ ਅਕੋਰਡਿੰਗ ਜਿਹੜੀ ਨੇ ਹੈਗੀ ਆ ਸਾਰਾ ਕੁਝ
8-1 ਦੇ ਅਕੋਰਡਿੰਗ 2021 ਦੇ ਅਕੋਰਡਿੰਗ ਹੋਣਾ ਚਾਹੀਦਾ, ਯਾਨੀ ਕਿ ਉਸ ਤੋਂ ਪਹਿਲਾਂ ਤੁਸੀਂ ਗ੍ਰੈਜੂਏਸ਼ਨ ਕੰਪਲੀਟ ਕੀਤੀ ਹੋਵੇ, ਠੀਕ ਹੈ। ਉਸ ਤੋਂ ਬਾਅਦ ਵਾਲੀ ਨਹੀਂ ਮੰਨੀ ਜਾਏਗੀ, ਸੋ ਇੱਦਾਂ ਨਹੀਂ ਸੋਚਣਾ ਕਿ ਆਪਾਂ ਬਾਅਦ 'ਚ ਕਰ ਲਾਂਗੇ ਅਤੇ ਉਹ ਨਹੀਂ ਮੰਨੀ ਜਾਏਗੀ। ਫਿਰ ਇਹ ਸਾਰੀਆਂ ਨੋਰਮਲ ਗੱਲਾਂ ਨੇ ਕਿ ਕ੍ਰੈਡਿਟ ਇੰਡੀਅਨ ਦਾ ਹੀ ਹੋਣਾ ਚਾਹੀਦਾ ਓਬਵੀਅਸਲੀ। ਫਿਰ ਆਪਾਂ ਗੱਲ ਕਰ ਲੈਂਦੇ ਹਾਂ ਕਿ ਤੁਸੀਂ ਕਦੋਂ ਤੱਕ ਡੇਟਸ ਜਿਹੜੀ ਇੰਪੋਰਟੈਂਟਸ ਨੇ ਉਹਦੇ ਬਾਰੇ ਧਿਆਨ ਕਰਨਾ ਹੈ ਕਿ ਲਾਸਟ ਡੇਟ ਕੀ ਹੈ 8-1, ਠੀਕ ਹੈ, ਫੋਰਮ ਫਿਲ ਕਰਨ ਦੀ। ਡਿਪੋਜ਼ਿਟ ਔਫ ਫੀਸ ਦੀ ਕੀ ਹੈ 15-1। ਮੇਰੀ ਸਲਾਹ ਇਹ ਹੈ ਕਿ ਤੁਸੀਂ 4-5 ਦਿਨ ਪਹਿਲਾਂ ਹੀ ਆਪਣਾ ਫੋਰਮ ਫਿਲ ਕਰ ਦਿਉ, ਫੀਸ ਫਿਲ ਕਰ ਦਿਉ, ਕਿਉਂਕਿ ਜਿਹੜੀ ਲਾਸਟ ਡੇਟ ਹੁੰਦੀ ਹੈ ਜੋ ਸਾਰਾ ਕੁਝ ਬਹੁਤ ਹੀ ਹੈਕਟਿਕ ਹੋ ਜਾਂਦਾ ਹੈ, ਵੈਬਸਾਈਟਸ ਬਿਜ਼ੀ ਹੋ ਜਾਂਦੀਆਂ ਨੇ, ਬੈਂਕ ਦੇ ਵਿੱਚ ਵੀ ਕੰਮ ਵੱਧ ਜਾਂਦਾ ਹੈ। ਸੋ ਤੁਸੀਂ ਇੰਝ ਨਾ ਕਰਨਾ, ਪਹਿਲਾਂ ਹੀ ਸਾਰਾ ਕੁਝ ਆਪਣਾ ਜਿਹੜਾ ਹੈ ਕੰਮ ਕਰਕੇ ਰੱਖਣਾ। ਨੈਕਸਟ ਗੱਲ ਕਰਦੇ ਹਾਂ ਕਿ ਇਹ ਜਦੋਂ ਤੁਸੀਂ ਸਿਲੈਕਟ ਹੋ ਜਾਂਦੇ ਤਾਂ ਤੁਹਾਨੂੰ ਇਹ ਜਿਹੜੀਆਂ ਗੱਲਾਂ ਨੇ ਉਹ ਧਿਆਨ ਰੱਖਣੀਆਂ ਪੈਣਗੀਆਂ, ਜਿਵੇਂ ਕਿ ਤੁਸੀਂ ਸੈਲਫ ਅਟੈਸਟਡ ਸਰਟੀਫਿਕੇਟ ਹੈ ਨਾ ਲਗਾਉਣੇ ਆ, ਜਿਵੇਂ ਕਿ ਡੇਟ ਆਫ ਬਰਥ ਸਰਟੀਫਿਕੇਟ ਹੋ ਗਿਆ, ਤੁਹਾਡੇ ਕੋਲ ਪੰਜਾਬੀ ਲੈਂਗੁਏਜ ਹੋਣੀ ਚਾਹੀਦੀ ਆ, DMC ਜਿਹੜੀ ਵੀ ਤੁਹਾਡੇ ਕੋਲ ਹੈਗੀ ਆ ਅਥੋਰਟੀ ਦੀ। ਅਗਰ ਤੁਸੀਂ ਰਿਲੈਕਸੇਸ਼ਨ ਲੈ ਰਹੇ ਹੋ ਤਾਂ ਉਹਦਾ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਚਾਹੀਦਾ। ਅਗਰ ਤੁਸੀਂ ਏਜ ਰਿਲੈਕਸੇਸ਼ਨ ਲੈ ਰਹੇ ਹੋ ਤਾਂ ਕਿਹੜਾ ਸਰਟੀਫਿਕੇਟ ਹੋਣਾ ਚਾਹੀਦਾ, ਇਹ ਸਾਰਾ ਕੁਝ ਜਿਹੜਾ ਹੈ ਜਦੋਂ ਤੁਸੀਂ ਸਿਲੈਕਟ ਹੁੰਦੇ ਹੋ ਉਦੋਂ ਲਈ ਹੈ। ਅਤੇ ਆਪਾਂ ਗੱਲ ਕਰਦੇ ਹਾਂ ਹੁਣ ਫੀਸ ਦੀ। ਫੀਸ ਕਿੰਨੀ ਹੈ ਐਗਜ਼ਾਮੀਨੇਸ਼ਨ ਫੀਸ? ਦੇਖੋ ਸ਼ਡਿਊਲ ਕਾਸਟ ਲਈ ਜਾਂ ਸ਼ਡਿਊਲ ਟ੍ਰਾਈਬਸ ਲਈ ਔਰ ਬੈਕਵਰਡ ਕਲਾਸਿਸ ਦੇ ਲਈ ਜਿਹੜੀ ਹੈ ਟੋਟਲ ਫੀਸ ਰਹੇਗੀ ਆਪਣੀ 1125। ਐਕਸ ਸਰਵਿਸ ਮੈਨਸ ਦੇ ਲਈ ਜਿਹੜੇ ਓਨਲੀ ਪੰਜਾਬ ਦੇ ਉਹਨਾਂ ਦੀ 500 ਫੀਸ ਰਹੇਗੀ, ਅਤੇ ਜਿਹੜੇ ਆਲ ਅਦਰ ਕੈਟੇਗਰੀ ਨੇ ਉਹਨਾਂ ਦੇ ਲਈ 3000 ਫੀਸ ਰਹੇਗੀ। ਫੀਸ ਨੋ ਡਾਊਟ ਬਹੁਤ ਜ਼ਿਆਦਾ ਹੈ, ਬਟ ਇਟ ਡਿਪੈਂਡਸ ਔਨ ਯੂ, ਯੂ ਵਾਂਟ ਟੂ ਫਿਲ ਇਟ ਔਰ ਨੋਟ। ਦੈਨ ਤਾਂ ਤੁਸੀਂ ਕਿਹੜੀ ਬੈਂਕ ਦੇ ਵਿੱਚ ਜਾ ਕੇ ਇਹਨੂੰ ਫਿਲ ਕਰ ਸਕਦੇ ਹੋ? ਤੁਸੀਂ ਸਟੇਟ ਬੈਂਕ ਬ੍ਰਾਂਚ ਆਫ ਸਟੇਟ ਬੈਂਕ ਆਫ ਇੰਡੀਆ ਦੇ ਥਰੂ ਆਪਣੀ ਫੀਸ ਸਬਮਿਟ ਕਰਵਾ ਸਕਦੇ ਹੋ, ਔਰ ਇਹ ਨੋਨ ਰਿਫੰਡੇਬਲ ਹੈ, ਠੀਕ ਹੈ। ਸੋ ਆਪਾਂ ਦੇਖ ਲੈਂਦੇ ਹਾਂ ਕਿ ਤੁਹਾਡੇ ਲਈ ਕੋਈ ਹੋਰ ਇੰਪੋਰਟੈਂਟ ਇਨਫੋਰਮੇਸ਼ਨ ਦੇ ਵਿੱਚ ਹੈ ਕਿ ਨਹੀਂ। ਸੋ ਇਹ ਸਾਰਾ ਕੁਝ ਹੀ ਇਹਦੇ ਵਿੱਚ ਹੈ, ਅਤੇ ਮੈਨੂੰ ਲੱਗਦਾ ਹੈ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਹਨੂੰ ਫਿਲ ਕਰਨਾ ਹੈ ਤੁਸੀਂ ਜ਼ਰੂਰ ਕਰੋ, ਠੀਕ ਹੈ। ਔਰ ਬਸ ਸਾਰੀ ਇਹ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਇਹਨੂੰ ਪੜ੍ਹ ਲੈਣਾ, ਉਹ ਜਿਹੜੀ ਮੈਂ ਤੁਹਾਨੂੰ ਵੈਬਸਾਈਟ ਦੱਸੀ ਉਹਦੇ 'ਚ ਜਾ ਕੇ ਤੁਸੀਂ ਪੜ੍ਹ ਲੈਣਾ ਇਹਨੂੰ, ਠੀਕ ਹੈ। ਸੋ ਇਹੀ ਸਾਰੀ ਇਨਫੋਰਮੇਸ਼ਨ ਹੈ, ਅਤੇ ਜੇ ਤੁਸੀਂ ਮਤਲਬ ਭਰਨਾ ਚਾਹੁੰਦੇ ਹੋ ਇਸ ਫੋਰਮ ਨੂੰ ਤਾਂ ਜ਼ਰੂਰ ਫਿਲ ਕਰੋ, ਠੀਕ ਹੈ ਜੀ। ਥੈਂਕ ਯੂ ਸੋ ਮੱਚ ਫੋਰ ਵਾਚਿੰਗ।